ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਤਾਨਾਸ਼ਾ ਰਾਸ਼ਟਰਪਤੀ ਦੀ ਦੁਨੀਆ ਤੇ ਬਹੁਤ ਜ਼ਿਆਦਾ ਤਾਨਾਸ਼ਾ ਹੋਏ ਤੇ ਉਹਨਾਂ ਨੇ ਆਪਣੀ ਤਾਨਾਸ਼ਹੀ ਕਰੀ ਤੇ ਅੱਜ ਵੀ ਕੁਸ਼ਕ ਕਰ ਰਿਹਾ ਜਿਵੇਂ ਕਿ ਮਜੌਂ ਕਿਮਜੋਂਗ ਉੱਤਰ ਕੋਰੀਆ ਦਾ ਤਾਨਾਸ਼ਾ ਹੈ ਤੇ ਉੱਥੇ ਹੀ ਉਸ ਦੀ ਉਦੀ ਹਕੂਮਤ ਚੱਲਦੀ ਆ ਜਿਹੜਾ ਉਹ ਜਵਾਨ ਚੋ ਕਹਿੰਦਾ ਉਹੀ ਉੱਥੇ ਕਾਨੂੰਨ ਹੁੰਦਾ ਹੈ ਉੱਥੇ ਕੋਈ ਲਿਖਤੀ ਸੰਵਿਧਾਨ ਨਹੀਂ ਚੱਲਦਾ ਉਦੀ ਬਸ ਜਿਹੜੇ ਤਾਨਾਸ਼ਾਹ ਜਿਹਨੇ ਜਵਾਨ ਚੋਂ ਨੇ ਕਹਿਤਾ ਉਹੀ ਕੁਝ ਉੱਥੇ ਹੁੰਦਾ ਹੈ ਪਰ ਜਿਹੜੇ ਅੱਜ ਆਪਾਂ ਤਾਨਾਸ਼ਾਹੀ ਗੱਲ ਕਰਾਂਗੇ ਉਹ ਬਹੁਤ ਹੀ ਖਤਰਨਾਕ ਤਾਨਾਸ਼ਾਹੀ ਖਤਰਨਾਕ ਇਸ ਲਈ ਸੀ ਕਿਉਂਕਿ ਉਹ ਆਦਮ ਖੋਰ ਸੀ ਆਦਮ ਖੋਰ ਆਪਾਂ ਉਹਨਾਂ ਨੂੰ ਕਹਿੰਦੇ ਆ ਜੋ ਇਨਸਾਨੀ ਮਾਸ ਖਾਂਦੇ ਨੇ ਤੇ ਇਸ ਜਿਹੜੇ ਰਾਸ਼ਟਰਪਤੀ ਤੇ આરોਪ ਲੱਗਿਆ ਵੀ ਉਹ ਤਾਨਾਸ਼ਾਹੀ ਇਸ ਦਾ ਨਾਂ ਸੀਗਾ ਇਹ ਦੀ ਆਮੀਨ ਇਹ ਦੀ ਆਮੀਨ ਜੁਗਾੰਡਾ ਦਾ ਰਾਸ਼ਟਰਪਤੀ ਹੋਇਆ ਇਹ ਬਹੁਤ ਜ਼ਿਆਦਾ ਖਤਰਨਾਕ ਸੀ ਖਤਰਨਾਕ ਇਹ ਦੇਖਣ ਚ ਵੀ ਖਤਰਨਾਕ ਲੱਗਦਾ ਸੀਗਾ ਤੇ ਕਿਉਂਕਿ ਇਹਦੀ ਕੱਦ ਕਾਠੀ ਬਹੁਤ ਜ਼ਿਆਦਾ ਭਾਰੀ ਸੀਗਾ ਕੱਦ ਕਾਠ ਬਹੁਤ ਜ਼ਿਆਦਾ ਸੀਗਾ 6 ਫੁੱਟ ਲਗਭਗ 4 ਇੰਚੇ ਦਾ ਕੱਦ ਸੀਗਾ ਤੇ 160 ਦੇ ਕਿਲੋ ਦੇ ਕਰੀਬ ਇਹਦਾ ਭਾਰ ਸੀਗਾ ਦੇਖਣ ਚ ਬਹੁਤ ਖਤਰਨਾਕ ਰਾਖਸ਼ ਟਾਈਪ ਲੱਗਦਾ ਸੀ ਇਹ ਰੰਗ ਕਾਲਾ ਸੀ ਇਹਦਾ ਤੇ ਖਤਨਕ ਬਹੁਤ ਲੱਗਦਾ ਸੀ ਤੇ ਜੇ ਇਹਦੇ ਆਪਾਂ ਜਨਮ ਦੀ ਗੱਲ ਕਰੀਏ ਤਾਂ ਲਗਭਗ 1925 1928 ਦੇ ਕਰੀਬ ਇਹਦਾ ਜਨਮ ਦੱਸਿਆ ਜਾਂਦਾ ਹੈ ਤੇ ਇਹਦੇ ਪਿਤਾ ਜਿਹੜੇ ਸੀ ਉਹ ਪੁਲਿਸ 'ਚ ਨੌਕਰੀ ਕਰਦੇ ਸੀ ਭੈਣ ਭਰਾ ਇਹਦੀ ਆਮੇ ਨੂੰ ਹੋਰੀ ਅੱਠ ਭੈਣ ਭਰਾ ਸੀ ਇਹ ਤੀਜੇ ਨੰਬਰ ਤੇ ਸੀ ਇਹਦੀ ਆਮੇ ਨੇ 6 ਵਿਆਹ ਕਰਵਾਏ ਤੇ ਇਹ ਜੇਕਰ ਆਪਾਂ ਈਦੀ ਆਮਨ ਦੇ ਸ਼ਾਸਨ ਕਾਲ ਦੀ ਗੱਲ ਕਰੀਏ ਨੇ ਲਗਭਗ 8 ਸਾਲਾ ਆਪਣਾ ਸ਼ਾਸਨ ਕਾਲ ਚਲਾਇਆ ਤੇ ਇਨ੍ਹਾਂ ਹੀ ਦਿਨਾਂ ਵਿੱਚ ਜੁਗਾਂਡਾ ਚ ਬਹੁਤ ਜ਼ਿਆਦਾ ਲਗਭਗ ਡੇਲੀ ਰੋਜ਼ ਹੀ ਉੱਥੇ ਕਤਲ ਹੁੰਦਾ ਸੀ ਉੱਥੋਂ ਦੀ ਜੁਗਾਂਡਾ ਦੀਆਂ ਸੜਕਾਂ ਖੂਨ ਨਾਲ ਭਰਦੀਆਂ ਸੀ ਜਾਂ ਜਦ ਤੱਕ ਇਹਦਾ ਸ਼ਾਸਨ ਰਿਹਾ 8 ਸਾਲ 8 ਸਾਲ ਹੀ ਉੱਥੇ ਖੂਨ ਹੋ ਹੁੰਦਾ ਰਿਹਾ ਕਿਉਂਕਿ ਇਹਦੇ ਤੇ ਲਗਭਗ 6 ਲੱਖ ਦੇ ਕਰੀਬ ਜਿਹੜੇ ਲੋਕਾਂ ਦਾ ਕਤਲ ਦਾ ਇਲਜ਼ਾਮ ਇਹਦੇ ਤੇ ਲੱਗਿਆ ਫਿਰ ਇਹਦੀ ਆਮ ਇਹਨਾਂ ਫੌਜ ਚ ਭਰਤੀ ਹੁੰਦਾ ਤੇ ਉਥੇ ਆਰਮੀ ਚ ਭਰਤੀ ਹੁੰਦਾ ਉਥੇ ਬ੍ਰਿਸ਼ਟ ਦੀ ਸਰਕਾਰ ਸੀ ਜਿਵੇਂ ਅੰਗਰੇਜ਼ਾਂ ਦਾ ਰਾਜ ਸਾਰੇ ਕਿਤੇ ਸੀਗਾ ਲਗਭਗ ਉਥੇ ਵੀ ਇਹਦਾ ਅੰਗਰੇਜ਼ਾਂ ਦਾ ਰਾਜ ਸੀਗਾ ਤੇ ਉਥੇ ਆਰਮੀ ਚ ਭਰਤੀ ਹੁੰਦਾ ਫਿਰ ਜੰਗਾਡਾ ਜਾਂਦਾ ਐਮੀ 1962 ਚ ਜੁਗਾਂਡਾ ਆਜ਼ਾਦ ਹੋ ਜਾਂਦਾ ਉਹਨਾਂ ਤੋਂ ਤੇ ਪਹਿਲਾ ਰਾਸ਼ਟਰ ਉੱਥੇ ਪਹਿਲਾ ਰਾਸ਼ਟਰਪਤੀ ਬਣਦਾ ਫਿਰ ਜਿਹੜਾ ਦੂਜਾ ਰਾਸ਼ਟਰਪਤੀ ਬਣਦਾ ਅ ਦੂਜਾ ਰਾਸ਼ਟਰਪਤੀ 3 ਸਾਲਾਂ ਬਾਅਦ ਬਣਦਾ ਉਹ ਬਣਦਾ ਮਿਲਟਨ ਆਬੋਟੇ ਜੇ ਆਪਾਂ ਮਿਲਟਨ ਆਬੋਟੇ ਦੀ ਜੇਕਰ ਆਪਾਂ ਮਿਲਟਨ ਆਬੋਟੇ ਦੀ ਗੱਲ ਕਰੀਏ ਤਾਂ ਮਿਲਟਨ ਆਬੋਟੇ 2 ਮਾਰਚ 1966 ਤੋਂ 25 ਜਨਵਰੀ 1971 ਤੱਕ ਮਿਲਟਨ ਆਬੋਟੇ ਰਾਸ਼ਟਰਪਤੀ ਦੇ ਅਹੁਦੇ ਤੇ ਰਹਿੰਦਾ ਹੈ ਇਹ ਤੇ ਮਿਲਟਨ ਆ ਵੋਟੇ ਦੇ ਰਾਜ ਵਿੱਚ ਹੀ ਇਹ ਈ ਦੀ ਆਮੀਨ ਆਪਣੇ ਜਿਹੜੇ ਸੈਨਿਕ ਪਦ ਸੀ ਜਿਹੜੇ ਆਪਣੇ ਉਹ ਬਹੁਤ ਜਿਆਦਾ ਉੱਚੀ ਪੋਸਟ ਤੇ ਭਗ ਜਾਂਦਾ ਕਿਉਂਕਿ ਬਾਕਸਰ ਬਹੁਤ ਚੰਗਾ ਸੀ ਚੰਗਾ ਸੀਗਾ ਇਹਨੂੰ ਕੋਈ ਹਰਾ ਨਹੀਂ ਸਕਦਾ ਸੀਗਾ ਤੇ ਨੈਸ਼ਨਲ ਦਾ ਇਹ ਬਾਕਸ ਰਿਹਾ ਤੇ ਇਹਨੂੰ ਕੋਈ ਹਰਾ ਨਹੀਂ ਸਕਿਆ ਬਹੁਤ ਜ਼ਿਆਦਾ ਵਧੀਆ ਬਾਕਸਿੰਗ ਕਰਦਾ ਸੀਗਾ ਤੇ ਬਾਕੀ ਮਿਲਟਨ ਬੋਟਨ ਵਾਲੇ ਦੀ ਬਹੁਤ ਜ਼ਿਆਦਾ ਮਤਲਬ ਕਰੀਬੀ ਸੀ ਤੇ ਮਿਲਟਨ ਬੋਟੇ ਇਹਨੂੰ ਬਹੁਤ ਵਧੀਆ ਮੰਨਦਾ ਸੀ ਤੇ ਵਿਸ਼ਵਾਸ ਵੀ ਇਹਦੇ ਤੇ ਕਰਦਾ ਸੀਗਾ ਤੇ ਇਹ ਮੀ ਕਰਦਾ ਕਰਦਾ ਅੱਗੇ ਵਧਦਾ ਵਧਦਾ ਇਹਦੀ ਪੋਸਟ ਜਾਂਦੀ ਜਾਂਦੀ ਆਰਮੀ ਦੇ ਸਭ ਤੋਂ ਸਿਖਰਲੀ ਪੋਸਟ ਜਿਹੜੀ ਜੁਗਾਂਡਾ ਦੀ ਸੀ ਉੱਥੇ ਜਾ ਕੇ ਉੱਥੇ ਜਾਂਦਾ ਇਹਦੀ ਪੋਸਟ ਉੱਥੇ ਹੋ ਜਾਂਦੀ ਆ ਤੇ ਫਿਰ ਇਹਦੇ ਮਨ 'ਚ ਥੋੜਾ ਜਿਹਾ ਲਾਲਚ ਉਠਦਾ ਵੀ ਮੈਂ ਜਗਾਂਡਾ ਨੂੰ ਆਪਣੇ ਕਬਜ਼ੇ 'ਚ ਕਰ ਲਾਂ ਤਾਂ ਕਰਕੇ ਇੱਕ ਵਾਰੀ ਥੋੜੀਆਂ-ਥੋੜੀਆਂ ਬਗਾਵਤਾਂ ਕਰਦਾ ਇੱਕ ਵਾਰੀ ਇਹ ਮਿਲਟਨ ਅਵੋਟੇ ਸਿੰਗਾਪੁਰ ਦੇ ਦੌਰੇ ਤੇ ਗਿਆ ਹੁੰਦਾ ਤੇ ਇਹ ਤਾਕਤਾਂ ਪਲਟ ਕਰ ਦੰਦਾ ਇਹਦੀ ਮੈਨ ਮਿਲਟਰੀ ਜਿਹੜੀ ਉੱਥੋਂ ਦੀ ਆਰਮੀ ਆ ਉਹਨੂੰ ਆਪਣੇ ਨਾਲ ਲਾ ਲੰਦਾ ਕੁਛ ਕਿ ਇਹਦੇ ਨਾਲ ਲੱਗੇ ਨਹੀਂ ਕੁਛ ਕਿ ਨਹੀਂ ਰਹਿੰਦੇ ਤੇ ਉੱਥੋਂ ਦਾ ਤਾਕਤਾਂ ਪਲਟ ਹੁੰਦਾ ਤੇ ਇਹਦੀ ਆਮੀਨ ਲੋਕਾਂ ਦਾ ਭਰੋਸਾ ਜਿੱਤਣ ਵਾਸਤੇ ਕਹਿੰਦਾ ਕਿ ਮਿਲਟਨ ਆਵੋਟੇ ਚੰਗਾ ਆਦਮੀ ਨਹੀਂ ਚੰਗਾ ਇਨਸਾਨ ਨਹੀਂ ਹੈਗਾ ਉਹ ਉਹ ਕਰਪਟ ਹੈ ਤੇ ਇਹ ਕਹਿੰਦਾ ਮੈਂ ਉਦੋਂ ਤੱਕ ਹੀ ਰਹੂੰਗਾ ਇੱਥੇ ਕੁਰਸੀ ਤੇ ਵੀ ਜਦੋਂ ਤੱਕ ਆਪਣੀਆਂ ਅਗਲੀਆਂ ਇਲੈਕਸ਼ਨਾਂ ਨਹੀਂ ਹੁੰਦੀਆਂ ਜਦੋਂ ਅਗਲੀਆਂ ਇਲੈਕਸ਼ਨਾਂ ਹੋਣ ਲੱਗੀਆਂ ਮੈਂ ਆਪੇ ਇੱਥੋਂ ਹਟ ਜੂੰਗਾ ਤੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿਉਂਕਿ ਵਿਸ਼ਵਾਸ ਵੀ ਕਰ ਲਿਆ ਤੇ ਲੋਕਾਂ ਨੂੰ ਚੰਗਾ ਪਹਿਲਾਂ ਤਾਂ ਚੰਗਾ ਵੀ ਲੱਗਿਆ ਕਿਉਂਕਿ ਚੰਗਾ ਤਾਂ ਲੱਗਿਆ ਇਹ ਬੌਕਸਰ ਸੀਗਾ ਫੇਮਸ ਸੀ ਉਹਥੇ ਬਹੁਤ ਜ਼ਿਆਦਾ ਫੇਮਸ ਸੀ ਬਹੁਤ ਚੰਗਾ ਬੌਕਸਰ ਸੀ ਇਹਨੂੰ ਇਹਦੀ ਪੂਰੀ ਜਾਣ ਪਛਾਣ ਉਹਥੇ ਮਤਲਬ ਪੂਰੀ ਬੜੀ ਮਸ਼ਹੂਰ ਹੀ ਸੀ ਇਹਦੀ ਤਾਂ ਕਰਕੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਪਰ ਥੋੜੇ ਚਿਰ ਬਾਅਦ ਹੀ ਇਹ ਕਹਿੰਦਾ ਤੇ ਇਹ ਜੇ ਦੋ ਕਬਜ਼ਾ ਕਰ ਲੰਦਾ ਸਾਰੇ ਫਿਰ ਕਬਜ਼ਾ ਕਰ ਲੰਦਾ ਤੇ ਇਹਦੇ ਨਾਲ ਆਰਮੀ ਹੁੰਦੀ ਹੈ ਤੇ ਉੱਥੇ ਐਲਾਨ ਕਰ ਦਿੰਦਾ ਕਿ ਮੈਂ ਇਥੋਂ ਦਾ ਪ੍ਰੈਜ਼ੀਡੈਂਟ ਹਾਂ ਸਾਰੇ ਉਦੋਂ ਫਿਰ ਸਾਰੇ ਸਰਕਾਰੀ ਅਧਿਕਾਰੀ ਕਰਪਟ ਹੋ ਜਾਂਦੇ ਨੇ ਸਾਰੇ ਲੋਕਾਂ ਦੀ ਲੁੱਟ ਸ਼ੁਰੂ ਹੋ ਜਾਂਦੀ ਆ ਲੋਕਾਂ ਦਾ ਵਿਸ਼ਵਾਸ ਸੀਗਾ ਵੀ ਇਹ ਬਹੁਤ ਜ਼ਿਆਦਾ ਚੰਗਾ ਕਰੂਗਾ ਚੰਗਾ ਕਰੂਗਾ ਪਰ ਨਹੀਂ ਇਹ ਲੋਕਾਂ ਦੇ ਉਲਟ ਜਾਂਦਾ ਤੇ ਉੱਥੋਂ ਦੀ ਕਰਪਟ ਹੁੰਦਾ ਸਾਰਾ ਕੁਝ ਸਿਸਟਮ ਖਰਾਬ ਹੋ ਜਾਂਦਾ ਉੱਥੋਂ ਦਾ ਤੇ ਉਥੇ ਭਾਰਤੀ ਸੀ ਜਿਹੜੇ ਉਥੇ ਰਹਿੰਦੇ ਸੀ ਬ੍ਰਿਸ਼ਟ ਸਰਕਾਰ ਸੀ ਬ੍ਰਿਸ਼ਟ ਸਰਕਾਰ ਉਥੇ ਲੈ ਗਈ ਸੀ ਤੇ ਭਾਰਤੀ ਸੀ ਉਥੇ ਭਾਰਤੀਆਂ ਨੂੰ ਇਹ ਕਹਿੰਦਾ ਵੀ ਤੁਸੀਂ 90 ਦਿਨ ਦੇ ਅੰਦਰ ਅੰਦਰ 90 ਦਿਨ ਦੇ ਅੰਦਰ ਅੰਦਰ ਇਥੋਂ ਸਾਡਾ ਦੇਸ਼ ਛੱਡ ਦਿਓ ਤੇ ਉਹਨਾਂ ਨੂੰ ਮਜਬੂਰ ਨਾ ਆਪਣੇ ਜਿਹੜੇ ਉਥੇ ਉਹਨਾਂ ਨੇ ਕਈ ਵਾਰ ਕਈਆਂ ਨੇ ਤਾਂ ਉਥੋਂ ਵਿਆਹ ਵੀ ਉਥੋਂ ਦੇ ਨਾਲ ਕਰਵਾ ਲਿਆ ਸੀਤੇ ਉੱਥੇ ਆਪਣੇ ਕੰਮਕਾਰ ਚੰਗੇ ਕੰਮਕਾਰ ਸੀ ਭਾਰਤੀਆਂ ਦੇ ਉੱਥੇ ਉਹਨਾਂ ਨੂੰ ਸਾਰਾ ਕੁਝ ਉਹ ਛੱਡਣਾ ਪਿਆ ਮਜਬੂਰਨ ਕਿਉਂਕਿ ਆਪਦੀ ਜਾਨ ਤੋਂ ਉੱਤੋਂ ਦੀ ਕੀ ਸੀ ਲੋਕਾਂ ਨੇ ਉੱਥੇ ਉਦੋਂ ਤੱਕ ਛੱਡਤਾ ਜਦੋਂ ਤੱਕ ਇਹਦਾ ਸ਼ਾਸਨ ਰਿਆਂ ਜਦੋਂ ਫਿਰ ਬਾਅਦ ਚ ਬਾਗੇ ਉੱਥੇ ਜਦੋਂ ਇਹਦਾ ਸ਼ਾਸਨ ਖਤਮ ਹੋ ਗਿਆ ਤੇ ਇਹਦੀਆਂ ਮਨ ਬਾਰੇ ਬਹੁਤ ਦਿਓ ਆਦਮ ਖੋਰ ਦਾ ਜਿਹੜਾ ਉੱਥੇ ਉਹ ਲੱਗਿਆ ਸੀ ਇਲਜ਼ਾਮ ਉਹ ਸੱਚ ਵੀ ਸਾਫ਼ ਤੋਂ ਹੋਇਆ ਕਿਉਂਕਿ ਉੱਥੋਂ ਜਿਹੜੇ ਉਹਨਾਂ ਦੇ ਡਾਕਟਰ ਡਾਕਟਰ ਸੀ ਇਹਦਾ ਤੇ ਇਹਦੀ ਆ ਇਹਦੀ ਪਤਨੀ ਸੀ ਉਹਨਾਂ ਨੇ ਵੀ ਦੱਸਿਆ ਤੇ ਹੋਰ ਵੀ ਖੁਲਾਸੇ ਹੋਏ ਇਹ ਲੋਕ ਇਨਸਾਨੀ ਮਾਸ ਬਹੁਤ ਖਾਂਦਾ ਸੀਗਾ ਤੇ ਇਹਦੀ ਆਮੇਨ ਬਾਰੇ ਜੁਗਾਂਡਾ ਚ ਇੱਕ ਗੱਲ ਹੋਰ ਬਹੁਤ ਪ੍ਰਚਲਿਤ ਸੀ ਕਿ ਇਹਦੀ ਆਮੇਨ ਜੁਗਾਂਡਾ ਦੀ ਜਿੰਨੀਆਂ ਵੀ ਖੂਬਸੂਰਤ ਲੜਕੀਆਂ ਸੀ ਉਹਨਾਂ ਨੂੰ ਚੁੱਕ ਕੇ ਲੈ ਜਾਂਦਾ ਸੀਗਾ ਇਹਨੇ ਬਹੁਤ ਜ਼ਿਆਦਾ ਉੱਥੋਂ ਦੀਆਂ ਖੂਬਸੂਰਤ ਲੜਕੀਆਂ ਨੂੰ ਚੁੱਕਿਆ ਬਹੁਤ ਜ਼ਿਆਦੇ ਜ਼ੁਲਮ ਟਾਇਏ ਤੇ ਜੋ ਵੀ ਤੇ ਮਨ ਚ ਆਉਂਦਾ ਸੀਗਾ ਬਹੁਤ ਜ਼ਿਆਦੇ ਉਹੀ ਕੁਛ ਕਰਦਾ ਸੀਗਾ ਇਹ 19 ਲਗਭਗ 1978 ਦੇ ਲਗਭਗ 1978 ਦੇ ਕਰੀਬ ਇਹਨੂੰ ਪਤਾ ਲੱਗ ਗਿਆ ਵੀ ਹੁਣ ਹਾਲਾਤ ਖਰਾਬ ਨੇ ਇਹਨੇ 8 ਸਾਲ ਉੱਥੇ ਬਹੁਤ ਜ਼ਿਆਦੇ ਜ਼ੁਲਮ ਟਾਇਆ ਬਹੁਤ ਜ਼ਿਆਦੇ ਲਹੂ ਬਹਾਇਆ ਲੋਕਾਂ ਦਾ ਤੇ ਇਹਨੂੰ 1978 ਚ ਪਤਾ ਲੱਗ ਗਿਆ ਵੀ ਹੁਣ ਮਾਹੌਲ ਠੀਕ ਨਹੀਂ ਹੈਗਾ ਠੀਕ ਨਹੀਂ ਰਿਹਾ ਕਰਾ ਮਾਹੌਲ ਕਰਨੇ ਹੀ ਆਪਣਾ ਹੈਲੀਕਾਪਟਰ ਲੈ ਕੇ ਲੀਬੀਆ ਲੰਘ ਗਿਆ ਲੀਬੀਆ ਭੱਜ ਗਿਆ ਲੀਬੀਆ ਉੱਥੇ ਇੱਕ ਦੋ ਸਾਲ ਰਿਹਾ ਲੀਬੀਆ ਇਹ ਫਿਰ 사우ਦੀ ਅਰਬ ਵਾਗਿਆ ਇਹ ਤੇ ਉਸ ਤੋਂ ਬਾਅਦ ਆਪਣੇ ਆਪ ਦੇ ਮਰਨ ਤੱਕ ਇਹ 사우ਦੀ ਅਰਬ ਹੀ ਰਿਹਾ 사우ਦੀ ਅਰਬ 사우ਦੀ ਅਰਬ ਤੋਂ ਇਹ ਆਉਣਾ ਵੀ ਚਾਹਿਆ ਪਰ ਇੱਥੋਂ ਦੀ ਸਰਕਾਰ ਜੋ ਬਗਾਵਤ ਹੋਈ ਤੇ ਫਿਰ ਦੁਬਾਰੇ ਉਹੀ ਮਿਲਟਨ ਅਬੋਟੇ ਇਥੋਂ ਦਾ ਰਾਸ਼ਟਰਪਤੀ ਬਣ ਗਿਆ ਸੀ ਤੇ ਮਿਲਟਨ ਅਬੋਟੇ ਨੇ ਕਿਹਾ ਵੀ ਪਹਿਲਾਂ ਕੇਸ ਚੱਲੂ ਇਹਨਾਂ ਦੀ ਇਹਦੀ ਪਤਨੀ ਕਹਿ ਰਹੀ ਸੀ ਵੀ ਇਹਨੂੰ ਛੱਡਿਆ ਜਾਵੇ ਐਵੇਂ ਕਰਿਆ ਜਾਵੇ ਪਰ ਮਿਲਟਨ ਅਬੋਟੇ ਤੇ ਉਹਦੀ ਸਰਕਾਰ ਜਾਂ ਉਹ ਕਹਿੰਦੀ ਸੀ ਵੀ ਸਰਕਾਰ ਨੇ ਕਿਹਾ ਵੀ ਪਹਿਲਾਂ ਕੇਸ ਚੱਲੂ ਜਿਹੜੇ ਇਹਨਾਂ ਲੋਕਾਂ ਦੇ ਨੇ ਜ਼ੁਲਮ ਕਰਿਆ ਕਾਰਨ ਇਹ 사ウਦੀ ਅਰਬ ਹੀ ਰਿਆ ਉੱਥੇ ਵੀ ਲਗਭਗ ਗੁਮਨਾਮੀ ਦੇ ਉਹ ਤੌਰ ਤੇ ਰਿਹਾ ਔ ਟਿਲ ਥੋੜਾ ਜਿਹਾ ਲੁਕ ਲੁਕ ਹੀ ਰਿਹਾ ਤੇ ਲਗਭਗ ਫਿਰੇ ਦੀ ਬਿਮਾਰ ਇਹ ਬਿਮਾਰ ਹੁੰਦਾ 2000 ਅਗਸਤ ਤੋਂ 2003 ਚ ਇਹਦੀ ਮੌਤ ਹੋ ਜਾਂਦੀ ਹੈ ਬਿਮਾਰੀ ਕਰਨੇ ਦੀ ਮੌਤ ਹੋਈ ਉਥੇ 사ウਦੀ ਅਰਬ ਚ ਹੇਲੋ ਕੁ ਲਗਭਗ ਲੁਕ ਲੁਕ ਹੀ ਰਿਹਾ ਕਿਉਂਕਿ ਦੁਸ਼ਮਣ ਬਹੁਤ ਜਿਆਦੇ ਸੀ ਇਹਦੇ ਪਹਿਲਾਂ ਇਹਨੇ ਇੰਨੀ ਹਕੂਮਤ ਕੀਤੀ ਜਿਹੜੇ ਬੰਦੇ ਨੇ ਪਹਿਲਾਂ ਇੰਨੀ ਜਿਆਦੇ ਹਕੂਮਤ ਕੀਤੀ ਹੁੰਦੀ ਹੈ ਤੇ ਉਹਨੂੰ ਲੁਕੇ ਰਹਿਣਾ ਪਵੇ ਜਾ ਗੁੰਮਨਾਮੀ ਚ ਰਹਿਣਾ ਪਵੇ ਐਨੀ ਮਸ਼ਹੂਰੀ ਸੀ ਬੌਕਸਰ ਬਹੁਤ ਚੰਗਾ ਸੀ ਆਰਮੀ ਦਾ ਇਹਨਾਂ ਬਹੁਤ ਔਖਾ ਹੁੰਦਾ ਤੇ ਇਹਦੀ ਬਿਮਾਰੀ ਨਾਲ ਮੌਤ ਹੋਈ ਤੇ ਬਸ ਇਹਦੀ ਇਹੀ ਕਹਾਣੀ ਸੀ ਦੋਸਤੋ ਆਪਾਂ ਅੱਗੇ ਕੋਈ ਹੋਰ ਕਹਾਣੀ ਲੈ ਕੇ ਆਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ